ਸਟੇਟ ਸਰਕਾਰ ਦੇ ਸੀਐਮ ਸਾਹਿਬ ਔਰ ਪੀਐਮ ਸਾਹਿਬ ਨੂੰ ਲੈਟਰ ਲਿਖ ਦਿੱਤੇ ਗਏ ਆ ਕਿ 2018 ਦੇ ਅੰਦਰ ਅੰਦਰ ਅਗਰ ਆਪਨੇ ਪੀਏਸੀਐਲ ਜਿਹਦਾ ਸੁਪਰੀਮ ਕੋਰਟ ਵੱਲੋਂ ਸਿੱਧਾ ਸਿੱਧਾ ਆਰਡਰ ਆ ਗਿਆ ਕਿ ਇਸ ਕੰਪਨੀ ਦੀਆਂ ਪ੍ਰੋਪਰਟੀਆਂ ਵੇਚ ਕੇ ਲੋਕਾਂ ਦਾ ਪੈਸਾ ਦਿੱਤਾ ਜਾਵੇ, ਉਹ ਨਹੀਂ ਦਿੱਤਾ ਤਾਂ 2019 ਦੇ ਵਿੱਚ ਚਿੱਟ ਫੰਡ ਕੰਪਨੀਆਂ ਦੇ ਪੀੜਤ ਲੋਕ ਹੋਰ ਸੰਘਰਸ਼ੀ ਧਿਰਾਂ ਨੂੰ ਨਾਲ ਲੈ ਕੇ ਲੋਕ ਸਭਾ ਇਲੈਕਸ਼ਨ 'ਚ ਉਤਰ ਗਏ। ਉਹਦੇ ਫਿਰ ਨਤੀਜੇ ਇਹ ਹੋਣੇ ਆ ਜਿਹੜੇ ਅੱਜ ਕੁਰਸੀਆਂ 'ਤੇ ਬੈਠੇ ਆ, ਸਰਕਾਰਾਂ ਚਲਾ ਰਹੇ ਆ, ਅਤੇ ਇਹਨਾਂ ਨੂੰ ਮੂੰਹ ਦਿਖਾਣੀ ਪੈਣੀ ਆ। ਇਸ ਲਈ ਅੱਜ ਅਸੀਂ ਧਾਰੀਵਾਲ 'ਚ, ਹਿੰਦੂ ਭਵਨ ਬਟਾਲੇ 'ਚ ਅਤੇ ਹੋਰ ਪੰਜਾਬ ਦੇ ਹੀ ਇੰਡੀਆ ਦੇ ਹਰ ਕੋਨੇ ਕੋਨੇ 'ਚ ਜਾ ਕੇ ਪੀੜਤ ਲੋਕਾਂ ਨੂੰ ਲਾਭਬੰਦ ਕਰ ਰਹੇ ਹਾਂ ਕਿ ਆਪਣੇ ਹੱਕਾਂ ਲਈ ਰਾਜਨੀਤਿਕ ਤੌਰ 'ਤੇ ਸੰਘਰਸ਼